कई दिनों से फिरोजपुर छावनी के मेन बस अड्डे में अड्डा फीस को लेकर चल रहे विवाद ने माहौल को काफी गर्म कर दिया। फिरोजपुर छावनी के बस स्टैंड पर कैंट बोर्ड के मुलाजिमों ने कैंट बोर्ड की तरफ से बढ़ाई गई अड्डा फीस वसूली करनी चाहिए तो प्राइवेट बस ऑपरेटर्स ने नारेबाजी करनी शुरू कर दी और कैंट बोर्ड मुर्दाबाद के नारे लगाने शुरू कर दिए। बाद में बस ऑपरेटर्स और कैंट बोर्ड के कर्मचारियों में बैठकर बातचीत हुई। यूनियन के प्रधान बेअंत सिंह ने बताया कि कैंट बोर्ड जो कि अड्डा फीस 40 रुपए लिया करता था अब 100 रुपए मांग रहा है जो कि बहुत ज्यादा है। उन्होंने कहा कि बस स्टैंड पर ना पीने के लिए पानी की व्यवस्था है और ना ही बैठने का प्रबंध है और सीवरेज का तो बुरा ही हाल है। बरसातों के दिनों में बस अड्डे पर पानी भर जाने से सवारियों को भारी परेशानी का सामना करना पड़ रहा है। हमारी सरकार से मांग है कि अड्डा फीस ना बढ़ाई जाए। साडा फैसला है जी, असीं एक तां इन्हां नूं जिहड़ा 40 तों 100 अड्डा फीस कीती है कैंट बोर्ड ने, असीं इन्हां नूं एक तां लिख के दे रहे हैं, कहिंदे वी सानूं लिख के दिओ दस्ती ਵੀ ਜਿਹੜਾ ਅਸੀਂ ਬੋਰਡ ਦੀ ਮੀਟਿੰਗ ਦੇ ਵਿੱਚ ਰੱਖੀਏ ਅਤੇ ਉਹ ਤੁਹਾਡਾ ਜਿੰਨਾ ਵੀ ਅਸੀਂ ਵਿਚਾਰ ਕਰ ਰੱਖੀਏ ਵਿਚਾਰ ਕਰ ਲਈਏ ਵੀ ਅਸੀਂ ਜਿਹੜਾ ਪਹਿਲਾਂ ਬੋਰਡ ਦੀ ਮੀਟਿੰਗ 'ਚ ਵਧਾਇਆ ਅਤੇ ਅਸੀਂ ਮੀਟਿੰਗ ਦੇ ਵਿੱਚ ਹੀ ਘਟਾ ਸਕਦੇ। ਪਰ ਜਿਹੜਾ ਅਸੀਂ ਇਹਨਾਂ ਨੂੰ ਕਿਹਾ ਵੀ ਪਹਿਲਾਂ ਇਹ 60 ਰੁਪਏ ਲੈਂਦੇ ਸੀ GST ਲੱਗਣ ਤੋਂ ਪਹਿਲਾਂ, 20 ਰੁਪਏ ਟੋਲ ਟੈਕਸ, 40 ਰੁਪਏ ਅੱਡਾ ਫੀਸ। ਅਸੀਂ ਇਹਨਾਂ ਨੇ ਜਦੋਂ GST ਲੱਗਿਆ ਉਦੋਂ 20 ਰੁਪਏ ਬੈਕ ਕਰਤੇ, ਬੰਦ ਕਰਤੇ, 40 ਰੁਪਏ ਅੱਡਾ ਫੀਸ ਰਹਿੰਦੀ। ਹੁਣ ਇਹਨਾਂ ਨੇ 40 ਤੋਂ 100 ਕਰਤੇ। ਸਾਡੇ ਕੋਲ ਬੱਸਾਂ ਦੇ ਵਿੱਚ ਇੰਨਾ ਕੋਈ ਪ੍ਰੋਫਿਟ ਹੈ ਨਹੀਂ ਗਾ ਵੀ ਜਿਹੜਾ ਸਾਡੇ ਕੋਲ ਤਾਂ ਬੱਸਾਂ ਦੀਆਂ ਕਿਸ਼ਤਾਂ ਡਿਊ ਹੋਈਆਂ ਪਈਆਂ, ਟੈਕਸ ਸਾਡਾ ਡਿਊ ਹੋਇਆ ਪਿਆ। ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਤੁਸੀਂ 20 ਜਿਹੜਾ GST ਵੇਲੇ ਬੰਦ ਕੀਤਾ ਨਾ, ਅਸੀਂ 40 ਤੋਂ ਉਹ 60 ਦੇਣ ਨੂੰ ਅੱਜ ਵੀ ਤਿਆਰ ਹੈ, ਪਰ ਜੇ 40 ਤੋਂ 100 ਕਹਿਣ ਤਾਂ 100 ਸਾਡੇ ਵਿੱਤ ਤੋਂ ਬਾਹਰ ਹੈ। ਪਰ ਲੇਕਿਨ ਅੱਡੇ ਦੇ ਵਿੱਚ ਜਿਹੜੀਆਂ ਸਹੂਲਤਾਂ ਹੈ ਉਹ ਅੱਡਾ ਅੱਡੇ ਨਾਂ ਦੀ ਇਹ ਚੀਜ਼ ਨਹੀਂ। ਅੱਡਾ ਸਿਰਫ ਇਹਦਾ ਜੁਗਾੜ ਹੈ। ਅੱਡੇ ਤਾਂ ਸਾਰੇ ਪੰਜਾਬ ਦੇ ਵਿੱਚ ਜਾ ਕੇ ਵੇਖੋ, ਜਿੱਥੇ ਵਧੀਆ ਪੱਥਰ ਲੱਗਿਆ, ਪੀਣਯੋਗ ਪਾਣੀ ਹੈ, ਇੱਥੇ ਤਾਂ ਸਵਾਰੀਆਂ ਨੂੰ ਬਹਿਣ ਵਾਸਤੇ ਕੋਈ ਥਾਂ ਨਹੀਂ, ਕੋਈ ਉੱਥੇ ਪੱਖਾ ਨਹੀਂ, ਕੋਈ ਸਹੂਲਤ ਨਹੀਂ। ਇੱਥੇ ਲੈਟਰਿੰਗ ਬਾਥਰੂਮ ਆ ਹੁਣ ਬਣਾਏ ਆ ਨਵੇਂ, ਉਹ ਸੀਵਰੇਜ ਤੋਂ ਬਗੈਰ ਕਾਹਦੇ ਬਾਥਰੂਮ ਹੈ, ਉਹ ਭਰ ਜਾਂਦੇ ਆ, ਓਵਰਫਲੋ ਹੋ ਜਾਂਦੇ ਆ, ਨਾ ਕੋਈ ਸਵਾਰੀ ਜਾਣ ਨੂੰ ਤਿਆਰ ਹੈ, ਉੱਥੇ ਗੰਦ ਪਿਆ ਰਹਿੰਦਾ। ਇਹ ਧੱਕੇ ਨਾਲ ਸਾਨੂੰ ਅੱਡੇ 'ਚੋਂ ਬਾਹਰ ਕੱਢਣਗੇ ਤਾਂ ਅਸੀਂ ਅੱਡੇ ਤੋਂ ਬਾਹਰ ਨਹੀਂ ਜਾਣਾ। CO ਸਾਹਿਬ ਨਾਲ ਅਸੀਂ ਮੀਟਿੰਗ ਕੀਤੀ ਸੀ, ਅਸੀਂ 40 ਤੋਂ 100 ਅੱਡਾ ਫੀਸ ਕਰਤੀ ਹੈ, ਅਤੇ ਤੁਸੀਂ ਜੇ ਜਾਮ ਲਾਉਣਾ ਜਾਮ ਲਾ ਲਓ ਅਤੇ ਬੱਸਾਂ ਲੈ ਜਾਓ ਅੱਡੇ ਤੋਂ ਬਾਹਰ। ਸਾਰੇ ਹਿੰਦੁਸਤਾਨ ਦੇ ਵਿੱਚ ਜਿੰਨੇ ਕੈਂਟ ਬੋਰਡ ਦੇ ਬਣੇ ਆ ਦਫ਼ਤਰ, ਜਾਓ ਕੋਈ ਮੰਨ ਲਓ ਅੰਬਾਲਾ, ਬਠਿੰਡਾ, ਜਲੰਧਰ, ਇਹ ਸਾਰੇ ਕੈਂਟ ਬੋਰਡ ਹੈਗੇ, ਉੱਥੇ ਕੋਈ ਟੋਲ ਟੈਕਸ ਨਹੀਂ, ਕੋਈ ਐਵੇਂ ਬਗੈਰ ਨਜਾਇਜ਼ ਖਰਚਾ ਨਹੀਂ। ਇਹ ਇਕੱਲਾ ਹਿੰਦੁਸਤਾਨ ਦੇ ਵਿੱਚ ਇਕੱਲਾ ਫਿਰੋਜ਼ਪੁਰ ਹੈ ਜਿੱਥੇ ਟੋਲ ਟੈਕਸ ਵੀ ਸਾਰੀਆਂ ਚੁੰਗੀਆਂ 'ਤੇ ਲੈ ਰਹੇ ਹਾਂ। ਅਸੀਂ ਤਾਂ ਉੱਪਰੋਂ ਸੈਂਟਰ ਤੋਂ ਇਹ ਮੰਗ ਕਰਦੇ ਹਾਂ ਵੀ ਫਿਰੋਜ਼ਪੁਰ ਦੇ ਵਿੱਚ ਕੋਈ ਨਾ ਕੋਈ ਟੀਮ ਭੇਜ ਕੇ ਇਹਦੀ ਸਾਰੀ ਇਨਕੁਆਇਰੀ ਕੀਤੀ ਜਾਵੇ। ਜਿਹੜਾ ਸਾਨੂੰ ਆ ਲੁੱਟ ਦਾ ਬਾਜ਼ਾਰ ਬਣਿਆ ਪਿਆ, ਇਹ ਸਾਨੂੰ ਨਜਾਤ ਦਵਾਈ ਜਾਵੇ। ਬਸ ਰੋਜ਼ ਚੱਲ ਰਿਹਾ ਸੀਗਾ, ਸਰਕਾਰੀ ਬੱਸਾਂ ਕਟਵਾ ਰਹੇ ਨੇ, ਜੋ ਫੀਸ ਬੱਸ ਅੱਡਾ ਫੀਸ ਜਿਹੜੀ ਵਧਾ ਕੇ ਸਰਕਾਰ ਨੇ ਦਿੱਤੀ ਸੀ, ਉਹ ਸਰਕਾਰੀ ਬੱਸਾਂ ਜਿਹੜੀਆਂ ਦੇ ਰਹੀਆਂ ਪੰਜਾਬ ਵਾਲੇ ਦੇ ਰਹੀਆਂ, PRTC ਦੇ ਰਹੀ, ਲੇਕਿਨ ਪ੍ਰਾਈਵੇਟ ਬੱਸ ਜਿਹੜੇ ਟਰਾਂਸਪੋਰਟ ਹੈਗੀ ਆ ਉਹ ਥੋੜ੍ਹਾ ਜਿਹਾ ਸਪੋਰਟ ਕਰ ਰਿਹਾ ਕਿ ਅਸੀਂ ਵੀ ਇੰਨੀ ਫੀਸ ਨਹੀਂ ਦੇ ਸਕਦੇ। ਇਹ ਜੋ ਸਰਕਾਰ ਨੇ ਫੀਸ ਵਧਾਈ ਹੈ ਉਹ ਤਾਂ ਦੇਣੀ ਹੀ ਪੈਣੀ ਉਹਨਾਂ ਨੂੰ, ਇੱਕ ਵਾਰੀ ਬਾਕੀ ਇਹ ਕਹਿੰਦੇ ਲਿਖ ਕੇ ਦਿੰਦੇ ਆ, ਲਿਖ ਕੇ ਦੇਣਗੇ, ਜੋ ਬੋਰਡ ਫੈਸਲਾ ਕਰੇਗੀ ਉਹ ਅੱਗੇ ਦੀ ਗੱਲ ਹੈਗੀ ਆ, ਲੇਕਿਨ ਜਿਹੜੀ ਹੁਣ ਫੀਸ ਲੱਗੀ ਹੈ ਉਹ ਤਾਂ ਇਹਨਾਂ ਨੂੰ ਹੁਣ ਇਸ ਟਾਈਮ ਦੇਣੀ ਪੈਣੀ, ਇਹ ਅੱਗੋਂ ਲਿਖ ਕੇ ਦੇਣੇ ਤਿਆਰ ਹੈ। ਜੋ ਅੱਗੇ ਕੋਈ ਫੈਸਲਾ ਹੋਏਗਾ ਉਹ ਸਰਕਾਰ ਨੇ ਕਰਨਾ, ਗੌਰਮੈਂਟ ਨੇ ਕਰਨਾ, ਦੇਖੋ ਲਾਗੂ ਕਰਾਂਗੇ, ਲਾਗੂ ਕਰਨੀ ਪੈਣਾ, ਉਹ ਜੀ ਆਪਣੇ ਲਾਗੀਆਂ ਨੂੰ ਘਟਾ ਦੇਣਾ ਬਣਾ ਸਕਦੇ, ਲਿਖਣ ਤੋਂ ਬਾਅਦ ਬੋਰਡ ਨੇ ਫੈਸਲਾ ਕਰਨਾ ਜੋ ਹੋਏਗਾ ਉਹ। फिरोजपुर से नेशनल बस के लिए पंकज कुमार की रिपोर्ट।